ਜੋ ਕਾਟਨ ਦਾ ਸੀਜ਼ਨ 15 ਅਪ੍ਰੈਲ ਤੋਂ ਸਟਾਰਟ ਹੋਣ ਜਾ ਰਿਹਾ ਹੈ। ਸਹੀ ਮੁਆਇਨੇ ਨਾਲ, ਸਹੀ ਤਰੀਕਾ ਨਾਲ, ਸਹੀ ਟੈਂਪਰੇਚਰ ਨਾਲ ਇਹ ਕਾਟਨ ਦਾ ਸੀਜ਼ਨ ਸਟਾਰਟ ਹੋਊਗਾ। 15 ਅਪ੍ਰੈਲ ਤੋਂ ਲੈ ਕੇ 20 ਮਈ ਤੱਕ ਇਹਦਾ ਪੂਰਾ ਸੀਜ਼ਨ ਹੁੰਦਾ ਹੈ। ਅਗਰ ਉਸ ਤੋਂ ਉੱਪਰ ਥੱਲੇ ਹੁੰਦਾ ਹੈ ਤਾਂ ਰੋਗ ਆਉਣ ਦੇ ਜ਼ਿਆਦਾ, ਵਜ਼ਨ ਘਟਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਤਾਂ ਸਾਥੀਓ, ਸਹੀ ਬਿਜਾਈ 15 ਅਪ੍ਰੈਲ ਤੋਂ ਕਰਨੀ ਚਾਹੀਦੀ ਹੈ। ਵੱਖਰੀਆਂ ਵੱਖਰੀਆਂ ਕਿਸਮਾਂ ਲਾਉਣੀਆਂ ਚਾਹੀਦੀਆਂ। ਪੀਟੀ ਕੋਟਨ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਆਪਾਂ ਅਮੈਰੀਕਨ ਗਾਂ ਵੀ ਬੋਲ ਸਕਦੇ ਹਾਂ, ਵੀ ਜਿੰਨਾ ਉਹਨੂੰ ਚਾਰਾ ਪਾਓਗੇ ਉਨਾ ਹੀ ਉਤਪਾਦਨ ਦੇ ਕੇ ਜਾਊਗੀ ਆਪਾਂ ਨੂੰ। ਤਾਂ ਸਾਥੀਓ, ਮੈਂ ਇੱਕ ਪ੍ਰੋਜੈਕਟ ਦੇ ਵਿੱਚ ਕੰਮ ਕਰਦਾ ਹਾਂ, ਬੈਟਰ ਕੋਟਨ ਪ੍ਰੋਜੈਕਟ ਦੇ ਵਿੱਚ ਵਰਕ ਕਰਦਾ ਹਾਂ। ਉਸ ਦੇ ਥਰੂ ਮਿੱਟੀ ਦੇ ਸੈਂਪਲ ਵੀ ਲੈਂਦੇ ਹਾਂ। ਮਿੱਟੀ ਦੇ ਸੈਂਪਲਾਂ ਦੇ ਵਿੱਚ ਔਰਗੈਨਿਕ ਕਾਰਬਨ ਦੀ ਬਿਲਕੁਲ ਹੀ ਕਮੀ ਆਉਂਦੀ ਹੈ, ਤੇ ਔਰਗੈਨਿਕ ਕਾਰਬਨ ਦੀ ਕਮੀ ਆਉਂਦੀ ਹੈ ਤੇ ਉਸ ਤੋਂ ਬਾਅਦ ਆਪਣੇ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਫਾਸਫੋਰਸ ਪਈ ਹੈ, ਪੋਟਾਸ ਪਈ ਹੈ। ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਾਤਰਾ 'ਚ ਪਈਆਂ, ਨਾਈਟ੍ਰੋਜਨ ਪਈਆਂ, ਬਾਕੀ ਸੂਖਮ ਤੱਤਵਾਂ ਦੀ ਘਾਟ ਵੀ ਪਾਈ ਗਈ ਹੈ। ਤੇ ਸਹੀ ਤਰੀਕੇ ਨਾਲ ਮੁਆਇਨੇ ਨਾਲ ਪਤਾ ਵੀ ਲੱਗ ਜਾਂਦਾ ਹੈ ਵੀ ਜ਼ਮੀਨ ਦੇ ਵਿੱਚ ਕੀ ਚੀਜ਼ ਦੀ ਘਾਟ ਹੈ। ਪਰ ਕਿਸਾਨ ਸਾਥੀਆਂ ਦੀ ਰਿਪੋਰਟਾਂ ਦੇਖੀਆਂ, ਉਹਦੇ ਵਿੱਚ ਪੋਟਾਸ ਵੀ ਜ਼ਿਆਦਾ ਹੈ, ਫਾਸਫੋਰਸ ਵੀ ਜ਼ਿਆਦਾ ਹੈ, ਜ਼ਮੀਨਾਂ ਦੀ ਉਸ ਤਰੀਕੇ ਨਾਲ ਤਾਂ ਕੀ ਇਹ ਵੀ ਉਸ ਦੇ ਵਿੱਚ ਜ਼ਿਆਦਾ ਜਿਹੜਾ ਪੋਟਾਸ ਹੈ ਉਸ ਨਾਲ ਰੇਸਾ ਬਣਦਾ ਹੈ ਕੋਟਨ ਦਾ, ਤਾਂ ਉਸ ਤਰੀਕੇ ਨਾਲ ਉਸ ਜ਼ਮੀਨ ਦੇ ਵਿੱਚ ਜਿਹੜਾ ਕੋਟਨ ਪੈਦਾ ਹੁੰਦਾ ਹੈ ਉਸ ਦਾ ਰੇਸਾ ਜ਼ਿਆਦਾ ਵਧੀਆ ਹੋਣਾ ਚਾਹੀਦਾ ਹੈ, ਤੇ ਸਲਫਰ ਹੁੰਦੀ ਹੈ ਉਹਦੇ ਵਿੱਚ, ਤੇਲ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ, ਕੁਆਲਿਟੀ ਬਣਨੀ ਚਾਹੀਦੀ ਹੈ। ਪਰ ਸਾਥੀ, ਉਹ ਸੂਖਮ ਜਿਹੜੇ ਤੱਤ ਹੈ ਉਹ ਆਪਣੇ ਜਿਹੜੇ ਪ੍ਰਥਮ ਪੋਸ਼ਕ ਤੱਤਵ ਹੈ ਉਹ ਜ਼ਮੀਨ ਤੋਂ ਪਲਾਂਟ ਲੈ ਨਹੀਂ ਸਕਦਾ। ਕਾਰਨ ਕੀ ਹੈ? ਕਿਉਂਕਿ ਆਪਣੇ ਜ਼ਮੀਨ ਦੇ ਵਿੱਚ ਔਰਗੈਨਿਕ ਕਾਰਬਨ ਦੀ ਕਮੀ ਹੈ, ਸੂਖਮ ਜੀਵਾਂ ਦੀ ਕਮੀ ਹੈ, ਸੂਖਮ ਜੀਵਾਂ ਦੀ ਕਮੀ ਹੈ, ਮਾਈਕਰੋ ਔਰਗੈਨਿਜ਼ਮ ਦੀ ਕਮੀ ਹੈ, ਇਸ ਕਰਕੇ ਉਹ ਆਪਣੇ ਜ਼ਮੀਨ ਦੇ ਵਿੱਚੋਂ ਲੈ ਨਹੀਂ ਸਕਦਾ। ਤੇ ਇਸ ਨੂੰ ਐਕਟਿਵ ਕਰਨ ਵਾਸਤੇ ਇੱਕ ਚੀਜ਼ ਤੁਹਾਨੂੰ ਦੱਸਦਾ ਮੈਂ, ਤੇ ਜਿਵੇਂ ਆਪਾਂ ਦੁੱਧ ਤੋਂ ਘਿਓ ਬਣਾਉਣ ਵਾਸਤੇ, ਲੱਸੀ ਬਣਾਉਣ ਵਾਸਤੇ ਜਾਵਣ ਲਾਉਣੇ ਹੈ, ਤੇ ਉਸ ਤਰੀਕੇ ਦਾ ਤੁਹਾਨੂੰ ਜਾਵਣ ਦੱਸੂਗਾ ਇੱਕ, ਤੇ ਉਹ ਤੁਸੀਂ ਯੂਜ ਕਰਨਾ ਹੈ। ਅਗਰ ਤੁਸੀਂ ਆਹ ਜਾਵਣ ਯੂਜ ਨਹੀਂ ਕਰਨਾ ਤਾਂ ਫਾਸਫੋਰਸ ਜੀ ਜਿੰਨੀ ਰਿਕਮੈਂਡਡ ਮਾਤਰਾ ਹੈ, ਪੋਟਾਸ ਦੀ ਜਿੰਨੀ ਵੀ ਰਿਕਮੈਂਡਡ ਮਾਤਰਾ ਹੈ ਸਾਥੀਓ, ਉਹ ਤੁਹਾਨੂੰ ਦੇਣੀ ਪੈਣੀ ਹੈ। ਕਿਉਂਕਿ ਪੋਟਾਸ ਦੇ ਬਿਨਾਂ ਕੋਟਨ ਦੇ ਵਿੱਚ ਰੇਸਾ ਨਹੀਂ ਬਣਦਾ, ਤੇ ਜਿਹੜਾ ਸਲਫਰ ਹੈ ਉਸ ਬਿਨਾਂ ਕੋਟਨ ਦੇ ਵਿੱਚ ਤੇਲ ਨਹੀਂ ਹੁੰਦਾ। ਤੇਲ ਵਾਲੀ ਫਸਲ ਹੈ ਇੱਕ ਪ੍ਰਕਾਰ ਦੀ ਇਹ, ਤੇ ਵਜ਼ਨ ਵੀ ਘੱਟ ਬਣੂਗਾ। ਰੇਸੇ ਦੀ ਲੰਬਾਈ ਦੇ ਉੱਤੇ ਜਿਹੜਾ ਨਰਮੇ ਦਾ ਰੇਟ ਹੈ ਉਹ ਨਿਰਧਾਰਿਤ ਹੁੰਦਾ ਸਾਥੀਓ। ਤਾਂ ਕਰਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ, ਇੱਕ ਚੀਜ਼ ਜਿਹੜੀ ਆਪਾਂ ਜਾਵਣ ਹੈ ਉਹ ਲਾ ਸਕਦੇ ਹਾਂ। ਜਾਵਣ ਮੈਂ ਕਿਹਨੂੰ ਕਹਿ ਰਿਹਾ ਹਾਂ? ਜੀਵਾਮਰਤ ਨੂੰ ਜਾਵਣ ਕਹਿ ਰਿਹਾ ਹਾਂ। ਜ਼ਮੀਨ ਦੇ ਜਿਹੜੇ ਸੂਖਮ ਤੱਤ, ਸੂਖਮ ਜੀਵ, ਮਾਈਕਰੋ ਔਰਗੈਨਿਜ਼ਮ ਨੂੰ ਐਕਟਿਵ ਕਰਦਾ ਹੈ। ਜੀਵਾਮਰਤ ਵਾਸਤੇ ਸਭ ਪ੍ਰਥਮ ਆਪਣੇ ਕੋਲ ਦੇਸੀ ਗੋਵੰਸ ਹੋਣਾ ਬਹੁਤ ਜ਼ਰੂਰੀ ਹੈ। ਦੇਸੀ ਗੋਵੰਸ ਹੋਣਾ ਜ਼ਰੂਰੀ ਹੈ, ਕਿਉਂਕਿ ਦੇਸੀ ਗੋਵੰਸ ਦਾ ਇੱਕ ਕਲਚਰ ਬਣਦਾ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਸੂਖਮ ਤੱਤ ਹੁੰਦੇ ਹੈ, ਜੀਵਾਣੂ ਹੁੰਦੇ ਹੈ। ਤਾਂ ਗੋਬਰ ਆਪਾਂ 10 ਕਿਲੋ ਲੈਣਾ ਹੈ ਉਸਦਾ, ਅਤੇ ਇਹੀ ਆਪਾਂ ਸਾਥੀਓ 5 ਤੋਂ 10 ਲੀਟਰ ਮੂਤਰ ਲੈਣਾ ਹੈ, 5 ਤੋਂ 10 ਲੀਟਰ ਮੂਤਰ ਲੈਣਾ ਹੈਗਾ। ਗੁੜ ਲੈਣਾ ਹੈ 1 ਤੋਂ 1.5 ਕੇਜੀ, ਅਤੇ ਆਪਣੇ ਵਾਹਣ ਦੀ ਮਿੱਟੀ ਲੈਣੀ ਹੈ 1 ਮੁੱਠੀ ਮਿੱਟੀ ਲੈ ਕੇ, ਪਾਣੀ ਲੈਣਾ ਸਾਥੀਓ 200 ਲੀਟਰ, ਅਤੇ ਬੇਸਣ 1 ਕੇਜੀ ਲੈਣਾ ਹੈ। ਅਤੇ ਇਹ ਸਾਥੀਓ ਆਪਾਂ ਘੋਲ ਬਣਾ ਕੇ ਆਪਣੀ 1 ਏਕੜ ਤੋਂ ਲੈ ਕੇ 1.5 ਏਕੜ ਤੀਕਰ ਯੂਜ ਕਰ ਸਕਦੇ ਹਾਂ। ਜ਼ਮੀਨ ਦੇ ਵਿੱਚ ਜਦੋਂ ਆਪਾਂ ਪਹਿਲੀ ਵਾਰੀ ਰੋਣੀ ਕੱਢਦੇ ਹਾਂ, ਪਾਣੀ ਲਾਉਣੇ ਹੈ, ਉਦੋਂ ਆਪਾਂ ਵਿੱਚ ਛੱਡ ਸਕਦੇ ਹਾਂ। ਇਹ ਇੱਕ ਪ੍ਰਕਾਰ ਦਾ ਜਾਵਣ ਹੈ, ਜ਼ਿਆਦਾ ਯੂਜ ਨਹੀਂ ਕਰਨਾ ਇਸ ਚੀਜ਼ ਨੂੰ। ਇਹ ਇੱਕ ਵਾਰੀ ਤੁਸੀਂ 1 ਵਾਰੀ ਯੂਜ ਕਰ ਲਿਆ, 2 ਵਾਰੀ ਯੂਜ ਕਰ ਲਿਆ, 3 ਵਾਰੀ ਯੂਜ ਕਰ ਲਿਆ, 3-4 ਵਾਰੀ ਯੂਜ ਕਰੋ, ਜ਼ਿਆਦਾ ਮਿਹਨਤ ਵੀ ਨਹੀਂ ਹੈ। ਤਾਂ ਇਸ ਵੱਲ ਜਾਓ। ਇੱਕ ਮੈਥਡ ਹੈਗਾ ਜਿਹੜਾ ਆਪਣੇ ਰਿਕਮੈਂਡਡ ਮਾਤਰਾ ਹੈ, ਜਿਹੜੇ ਵੀ ਕ੍ਰਿਸ਼ੀ ਵਿਭਾਗ ਦੀ ਰਿਕਮੈਂਡਡ ਮਾਤਰਾ ਹੈ, ਉਸ ਹਿਸਾਬ ਨਾਲ ਹਰ ਗੇੜੇ ਤੁਸੀਂ ਪਾਈ ਜਾਓ, ਅਤੇ ਇਸ ਨਾਲ ਆਪਣੇ ਜਿਹੜੇ ਖਰਚੇ ਆ ਉਹ ਘਟਣੇ ਨਹੀਂ ਹੈ, ਖਰਚੇ ਵਧਣਗੇ। ਕਿਉਂਕਿ ਫਰਟੀਲਾਈਜ਼ਰ ਹਮੇਸ਼ਾ ਮਹਿੰਗਾ ਹੁੰਦਾ ਜਾ ਰਿਹਾ, ਤਾਂ ਫਰਟੀਲਾਈਜ਼ਰ ਮਹਿੰਗਾ ਹੁੰਦਾ ਜਾ ਰਿਹਾ ਤਾਂ ਤੁਸੀਂ ਖਰਚਾ ਨਹੀਂ ਘਟਾ ਸਕਦੇ, ਤਾਂ ਕਰਕੇ ਉਹ ਖਰਚਾ ਤੁਹਾਨੂੰ ਪਾਉਣਾ ਹੀ ਪੈਣਾ ਹੈ। ਅਗਰ ਤੁਸੀਂ ਆਹ ਜਾਵਣ ਵਾਲਾ ਜਿਹੜਾ ਮੇਰਾ ਮੈਥਡ ਹੈ ਤੁਸੀਂ ਯੂਜ ਨਹੀਂ ਕਰਦਾ, ਇਹਨੂੰ ਸਾਥੀਓ ਜੀਵਾਮਰਤ ਬੋਲਿਆ ਜਾਂਦਾ ਹੈ। ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਇਹ ਕ੍ਰਿਸ਼ੀ ਦੇ ਵਾਸਤੇ, ਅਤੇ ਆਪਾਂ ਇਹਨੂੰ ਕਰੀਏ, ਥੋੜ੍ਹੀ ਜਿਹੀ ਬਾਜ਼ਾਰੋਂ ਡਰੰਮ ਲੈ ਕੇ ਆਉਣਾ ਹੈ,
ਗੁੜ ਪਾਉਣਾ ਹੈ, ਵਿੱਚ ਗੋਬਰ ਪਾਉਣਾ, ਇਹ ਥੋੜ੍ਹੀ ਜਿਹੀ ਮਿਹਨਤਾਂ ਹੈ, ਇਹ ਮਿਹਨਤ ਆਪਾਂ ਕਰ ਲਈਏ ਤਾਂ ਆਪਣੀ ਬਹੁਤ ਵਧੀਆ। ਕਿਉਂਕਿ ਮੈਂ ਹਰ ਏਰੀਏ ਦੇ ਵਿੱਚ ਜਾਂਦਾ ਰਹਿੰਦਾ, ਕਿਉਂਕਿ ਕੋਟਨ ਦਾ ਸਾਡਾ ਬੈਟਰ ਕੋਟਨ ਪ੍ਰੋਜੈਕਟ ਚੱਲ ਰਿਹਾ, ਉਸ ਦੇ ਵਿੱਚ ਵਰਕ ਵੀ ਕਰਦਾ ਅਤੇ ਜ਼ਮੀਨਾਂ ਦੀ ਟੈਸਟਿੰਗਾਂ ਵੀ ਕਰਾਈਆਂ, ਹਰ ਚੀਜ਼ ਦੇ ਬਾਰੇ ਆਪਾਂ ਦੇਖਦੇ ਰਹਿੰਦੇ ਹਾਂ। ਪਰ ਰਿਪੋਰਟਾਂ ਆਉਂਦੀਆਂ ਉਹਦੇ ਵਿੱਚ ਦੇਣੇ ਵੀ, ਪੋਟਾਸ ਵੀ ਜ਼ਿਆਦਾ ਆ, ਫੋਸਫੋਰਸ ਵੀ ਜ਼ਿਆਦਾ, ਕੈਲਸ਼ੀਅਮ ਵੀ ਜ਼ਿਆਦਾ, ਬਹੁਤ ਜ਼ਿਆਦਾ ਤੱਤ ਪਏ ਹੈ, ਪਰੰਤੂ ਪੌਦਾ ਲੈ ਨਹੀਂ ਸਕਦਾ, ਲੈ ਹੀ ਨਹੀਂ ਰਿਹਾ, ਉਹ ਜ਼ਮੀਨ ਦੇ ਵਿੱਚ ਫਸਲ ਕਮਜ਼ੋਰ ਰਹਿ ਰਹੀ ਹੈ। ਤਾਂ ਕਰਕੇ ਸਾਥੀਓ ਮੇਰੀ ਆਹ ਤੁਹਾਨੂੰ ਨਿਵੇਦਨ ਹੈ, ਇਹ ਕਲਚਰ ਜ਼ਰੂਰ ਵਰਤੋ, ਤੁਸੀਂ ਵਰਤੋ, ਅਤੇ ਕਈ ਸਾਥੀ ਨੇ ਵਰਤੇ ਵੀ, ਬਹੁਤ ਵਧੀਆ ਰਿਜ਼ਲਟ ਹੈ। ਜਿਹੜੇ ਜ਼ੀਰੋ ਬਜਟ ਖੇਤੀ ਦੇ ਉੱਤੇ ਖੇਤੀ ਕਰਦੇ ਆ, ਕਈ ਇਹੋ ਜਿਹੇ ਰਾਜ ਵੀ ਬਣੇ ਆ ਜਿਹੜੇ ਫੁੱਲ ਹੀ ਜੈਵਿਕ ਖੇਤੀ, ਮਤਲਬ ਜ਼ੀਰੋ ਬਜਟ ਖੇਤੀ ਕਰਦੇ। ਜੈਵਿਕ ਖੇਤੀ ਅਤੇ ਜ਼ੀਰੋ ਬਜਟ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਜੈਵਿਕ ਖੇਤੀ ਤਾਂ ਫਿਰ ਉਹੀ ਆਪਾਂ ਬਾਜ਼ਾਰਾਂ ਦੇ ਵਿੱਚ ਜਾਣਾ ਪੈਂਦਾ, ਪ੍ਰੋਡਕਟ ਬਾਇਓ ਪ੍ਰੋਡਕਟ ਲੈਣੇ ਪੈਂਦੇ ਆ। ਇੱਕ ਜ਼ੀਰੋ ਬਜਟ ਖੇਤੀ ਦਾ ਤੁਹਾਨੂੰ ਮੈਥਡ ਦੱਸਿਆ ਮੈਂ, ਆਹ ਕੋਟਨ ਦੀ ਫਾਰਮਿੰਗ ਦੇ ਵਿੱਚ ਅਪਣਾ ਕੇ ਦੇਖੋ, ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਊਗਾ ਸਾਥੀਓ। ਅਤੇ ਹੋਰ ਵੀ ਵਰਾਇਟੀਆਂ ਬਾਰੇ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਸਹੀ ਮਿੱਟੀ, ਸਹੀ ਵਰਾਇਟੀ ਚੈਨ ਕਰੋ, 100 ਦਿਨਾਂ ਦੀਆਂ ਵਰਾਇਟੀਆਂ ਚੈਨ ਕਰੋ ਸਾਥੀਓ, 100 ਡੇਜ਼, ਕਿਉਂਕਿ ਲੰਬੇ ਟਾਈਮ ਵਾਲੀਆਂ ਵਰਾਇਟੀਆਂ ਦੇ ਵਿੱਚ ਸੁੰਡੀ ਪੈਣ ਦੀ ਆਸ਼ੰਕਾ ਹੈ। ਆਹੀ ਮੇਰਾ ਨਿਵੇਦਨ ਹੈ, 100 ਵਰਾਇਟੀਆਂ ਯੂਜ਼ ਕਰੋ, ਜਿਹੜੀਆਂ 140 ਅਤੇ 145 ਲੇਟੈਸਟ ਵਰਜਨ ਵਰਾਇਟੀਆਂ ਆ ਚੁੱਕੀਆਂ, ਹਰ ਕੰਪਨੀ ਨੇ ਲੇਟੈਸਟ ਵਰਾਇਟੀਆਂ ਕੱਢੀਆਂ। ਸਾਥੀਓ ਮੈਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰੂੰਗਾ, ਅੱਗੇ ਤੋਂ ਅੱਗੇ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ ਸਾਰਿਆਂ ਦਾ ਜਿਹਨੇ ਵੀ ਵੀਡੀਓ